ਹਾਂਜੀ ਵੀਰ ਜੀ, ਸਰਵਿਸ ਕਲ ਜੀ, ਸੰਦੀਪ ਡੇਅਰੀ ਫਾਰਮ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵਿਜਿਆ ਜੀ, ਆਪਣੀ ਵਿਜਿਟ ਹੈਗੀ ਆ ਪਿੰਡ ਭਗਵਾਨਪੁਰ, ਜ਼ਿਲ੍ਹਾ ਗੁਰਦਾਸਪੁਰ, ਪੈਂਦਾ ਤਹਿਸੀਲ ਬਟਾਲਾ। ਇਹਨੇ ਵੀਰੇ ਕਈ ਵੀਡੀਓ ਬਣਾਈ ਹੈ ਜੀ ਆਪਾਂ। ਅੱਜ ਵੀ ਇਹਨਾਂ ਕੋਲ 3 ਪਸ਼ੂ ਸੇਲ ਹੈ ਜੀ, ਅਤੇ 3 ਗਾਈਆਂ ਹੀ ਹੈ। ਅਤੇ ਆਓ ਹੁਣ ਵੀਰ ਨਾਲ ਗੱਲਬਾਤ ਕਰੀਏ ਕਿ ਇਹਨੇ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਾਂ ਤੋਂ ਪਹਿਲਾਂ ਕਿ ਚੁਆਈ ਕਰੋ, ਪਾਸ ਕਰ ਲੈ ਜਾਓ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਵੀਰ ਜੀ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ, ਚੁਆਈ ਜ਼ਰੂਰ ਕਰੋ ਅਤੇ ਨਾਲੇ ਵੀਡੀਓ ਬਾਅਦ ਸ਼ੇਅਰ ਕਰਦਿਆ ਕਰੋ, ਫਿਰ ਕਹਾਂਗੇ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਈ ਵੀਰ ਨਾਲ ਗੱਲਬਾਤ ਕਰੀਏ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜ਼ਿੰਦਗੀ ਜੀ। ਹੋਰ ਬਾਈ ਜੀ, ਕਿੱਦਾਂ ਜੀ? ਠੀਕ ਠਾਕ। ਕਿਵੇਂ ਚੱਲ ਰਹੀ ਕੰਮ? ਸਭ ਵਧੀਆ, ਤੁਹਾਡੀ ਚਲੋ। ਕਿਰਪਾ ਨਹੀਂ ਨਹੀਂ ਚਲੋ, ਮਹਾਰਾਜ ਕਿਰਪਾ ਸਾਡੀ ਕਰੀ ਜੀ। ਚਲੋ ਅੱਜ ਫਿਰ 3 ਹੀ ਹੈ ਜੀ? ਹਾਂਜੀ, 3 ਹੀ ਜੀ। ਠੀਕ ਆ, 3 ਗਾਈਆਂ ਜੀ? 3 ਗਾਈਆਂ ਜੀ, ਸੂਈਆਂ ਸੂਈਆਂ, 2 ਗੱਬੜਾਂ ਤੇ 1 ਸੂਈ ਜੀ। ਚਲੋ ਇਹਦੇ ਬਾਰੇ ਦੱਸੋ ਫਿਰ। ਇਹ ਸਦੀ ਵੀ 4 ਦਿਨ ਤੋਂ ਵਛੀ ਆ ਪਹਿਲਾਂ। 4 ਦਿਨ ਪਹਿਲਾਂ ਸੂਆ? ਹਾਂਜੀ, ਇਹ ਦਿਨ ਦਾਖ ਲੈਂਦੀ ਆ। ਅੱਛਾ, ਲੈ ਜਾਓ ਇਹ ਟਾਈਮ। ਹਾਂਜੀ ਜੀ, ਠੀਕ ਆ, ਤੇ ਚੰਗੀ ਰਿਕਾਰਡ ਵਾਲੀ ਆ। ਚੰਗੇ, ਖੋਲੋ ਫਿਰ ਦਿਖਾਈਏ। ਹਾਂਜੀ ਦੇਖੋ ਜੀ, 4 ਦਿਨ ਦਾ ਬੈਠ ਹੈ ਜੀ, ਅਤੇ ਦੇਖੋ ਥਣ ਵੇਖੋ ਕੁਆਲਿਟੀ ਲੱਗਿਆ। ਹਜੇ ਟਾਈਮ ਲੈ ਜਾਓ, 10-12 ਦਾ ਲੈ ਜਾਊਗੀ। ਇੱਧਰ ਤੁਰ, ਇੱਧਰ ਲੰਮੀ ਲੰਮੀ ਤੁਰਿਆ ਜੀ ਮਾਣੀ। ਆਹ ਦੇਖੋ ਫੇਸ ਕੁਆਲਿਟੀ ਦੇਖੋ ਜੀ, ਬਹੁਤ ਸੋਹਣੀ ਬੈਠ ਆ। ਆਹ ਦੇਖੋ ਦੇਖੋ, ਵਾਹ ਜੀ ਵਾਹ, ਲੇਵਾ ਬੜਾ ਸੋਹਣਾ ਜੀ। ਅਤੇ ਹਜੇ ਤਕਰੀਬਨ ਵੇਖ ਲਓ ਤੁਸੀਂ ਟਾਈਮ ਕਿੰਨਾ ਚਾਹੀਦਾ, ਹਜੇ ਕਿੱਥੇ ਬੰਨੀ ਗੱਲ ਜਾ ਕੇ। ਆਹ ਦੇਖੋ ਜੀ, ਆਓ ਮੜ ਮੋੜ ਲਓ, ਮੋੜ ਲਓ, ਮੋੜ ਲਓ। ਆਹ ਦੇਖੋ ਜੀ, ਥਾਨ ਤੁਹਾਨੂੰ ਸੈੱਟ ਹੈ ਬਿਲਕੁਲ ਜੀ? ਠੀਕ ਠੀਕ ਹੈ, ਬੰਦ ਬੰਦ ਹੋ ਜਾਓ ਉੱਥੇ, ਬੰਦ ਹੋ। ਹਾਂਜੀ ਜੀ, ਮੁੱਲ ਜੋ ਮਰਜ਼ੀ ਕਰੀਏ, 45 ਜੋ ਮਾਨ ਤਾਂ। ਕਿੰਨੇ ਦੇ ਦਿਓਗੇ ਜੀ? ਦੇ ਦਾਂਗੇ 1000 ਛੱਡ ਦਾਂਗੇ 45। ਚਲੋ 1000 ਹੋਰ ਛੱਡ ਦੇ ਜੀ, 43। ਚਲੋ ਆ ਜਾਓ ਫਿਰ, ਇੱਧਰ ਆ ਜਾਓ। ਇਹ ਸੂਆ ਜੀ, ਇਹ ਪਹਿਲਾ ਜੇ 2 ਦੰਦ ਵਛੀ ਜੇ। ਅੱਛਾ, ਇਹ ਪਹਿਲਾ ਸੂਆ, ਇਹ ਵੀ ਗੱਬਣੀ ਆ? ਇਹ ਵੀ ਗੱਬਣ ਜੀ। ਹਾਂਜੀ, 10 ਦਿਨ ਲਈ ਜੀ। 10 ਦਿਨ ਲੈ ਜਾਓ ਘੱਟੋ ਘੱਟ। ਠੀਕ ਆ, ਉਹਦਾ ਸੀਲ ਠੰਡੀ ਜੀ। ਆ ਵੇਖੋ ਜੀ, ਦੰਦਾਂ 'ਚ ਲੈ ਕੇ ਦੀ ਹਰੀ ਕਿਤਾ। ਹਾਂਜੀ ਚਲੋ, ਇਹ ਵੀ ਖੋਲੋ। ਇਹ ਵੀ ਬੈਡ ਸੋਹਣੀ, ਰੰਗ ਬਿਲਕੁਲ ਜੈੱਡ ਬਲੈਕ ਕਾਲਾ। ਇਹ ਮਾੜਾ ਮੂੰਹ ਦਿਖਾਓ, ਮਾੜਾ ਇੱਕ ਮਿੰਟ ਕਮਾਏ, ਇਹਨੂੰ ਦੰਦ ਵੀ ਵਿਖਾ ਦਿਓ। ਕੋਈ ਨਹੀਂ, ਆ ਵੀ ਲਓ 2 ਦੰਦ। ਹਾਂ ਬਿਲਕੁਲ ਬਿਲਕੁਲ, ਚਲੋ ਲੈ ਚਲੋ। ਆ ਦੇਖੋ, 10 ਦਿਨ ਲੈ ਜਾਓ ਘੱਟੋ ਘੱਟੋ ਜੀ। ਹਾਂ ਜੀ, ਦੇਖੋ ਜੀ ਬੈਡ ਵੀ ਬਹੁਤ ਸੋਹਣੀ ਹੈ ਜੀ। ਆ ਦੇਖੋ, ਠੀਕ ਹੈ, ਆ ਜਾਓ ਤੁਰੋ ਤੁਰੋ। ਆ ਦੇਖੋ ਜੀ, ਬਟ ਠੀਕ ਹੈ, ਲੈ ਚਲੋ ਉੱਥੇ ਜੀ। ਠੀਕ ਹੈ, ਹਾਂਜੀ 44। ਹਾਂਜੀ 40 ਕਿਉਂ ਮਾਨ ਤਾਂ ਕਰਦਾ? 1000 ਛੱਡ ਦੇ ਜੀ। ਆ ਜਾ ਫਿਰ, ਇਹ ਸੂਈ ਹੈ ਜੀ, ਇਹ ਸੂਈ ਜੀ, ਇਹ 9 ਕਿਲੋ ਦੁੱਧ ਦੇ ਤਿਆਰ। ਅੱਛਾ, ਤੇ ਉਹ ਵਛੀ ਬਾਹਰ ਜੇ ਮਹੀਨੇ ਦੀ ਸੂਈ ਜੀ? ਮਹੀਨਾ ਹੋ ਗਿਆ ਸੂਈ, ਵਛੀ ਮਗਰ ਜੀ। ਹਾਂਜੀ ਠੀਕ ਆ, ਤੇ ਚਵਾਪਸਮਾ ਕਿਵੇਂ ਜੀ ਇਹਦਾ? ਬਿਲਕੁਲ ਓਕੇ ਜੀ। ਆ ਦੇਖੋ ਜੀ, ਬੈਡ ਸੋਹਣੀ ਹੈ, ਰਾਜੀ ਪੂਰੀ ਨਿੱਗਰ। ਆ ਜਾਓ ਵੀਰ ਜੀ, ਆ ਜਾਓ ਆ ਜਾਓ, ਲੈ ਚਲੋ। ਅੱਛਾ, ਮਹੀਨੇ ਲਗਭਗ ਹੋ ਗਿਆ ਜੀ? ਠੀਕ ਆ, ਚਲੋ ਬੋਲੋ ਜੀ ਬਾਈ ਫਿਰ ਇਹਦਾ। ਹਾਂਜੀ, ਇਹਦੀ ਕੀਮਤ? ਇਹਦੀ ਵੀਰ ਜੀ ਮੁੱਲ ਜੋ ਮਰਜ਼ੀ ਕਰੀਏ, 30 ਜੋ ਮਾਨ ਤਾਨ ਕਰ ਦਾਂਗੇ। ਇਹ ਕਿੰਨੇ ਦੇ ਰੋਗੇ ਜੀ? ਇਹ ਦੇ ਦਾਂਗੇ 27,000 ਦੀ। 1000 ਛੱਡ ਦਿਓ, 26,000 ਦੇ ਦਾਂਗੇ। ਬਸ 3 ਬੈੜਾ ਜੀ? ਹਾਂਜੀ ਜੀ, ਦੇਖੋ ਜੀ 3 ਬੈੜਾ ਸੋਹਣਾ ਰੇਟ ਕੀਤਾ ਵੀਰ ਉਹਨਾਂ ਨੇ। ਠੀਕ ਹੈ, ਵਾਰ ਵਾਰ ਇਹੀ ਬੇਨਤੀ ਕਰਦੇ ਨੇ, ਚੁਆਈ ਕਰਕੇ ਲੈ ਕੇ ਜੇ, ਪਾਸ ਕਰਕੇ ਲੈ ਕੇ ਜੇ, ਪੂਰੀ ਤਸੱਲੀ ਲੈ ਜੇ ਕਹਿੰਦੇ ਜੀ, ਹੱਕ ਬਣਦਾ ਕਹਿੰਦੇ ਜੀ। ਹਾਂਜੀ ਹਾਂਜੀ, ਚਲੋ ਨੰਬਰ ਬੋਲੋ ਆਪਣਾ। 62-93। ਹਾਂਜੀ, 68-12। ਠੀਕ ਆ, ਜ਼ਿਲ੍ਹਾ ਗੁਰਦਾਸਪੁਰ। ਠੀਕ ਆ, ਤਹਿਸੀਲ ਡੇਰਾ ਬਾਬਾ ਨਾਨਕ, ਪਿੰਡ ਭਗਵਾਨਪੁਰ। ਪਿੰਡ ਭਗਵਾਨਪੁਰ, ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।